ਵੱਡੀ ਖਬਰ ਰੂਪਨਗਰ ਤੋਂ ਆ ਰਹੀ ਹੈ ਜਿੱਥੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਗੈਂਗਸਟਰ ਬਹਾਦਰ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਗੈਂਗਸਟਰ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਇਸ ਗੈਂਗਸਟਰ ਕੋਲੋਂ ਅਸਲਾ ਅਤੇ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SPD BS ਰੰਧਾਵਾ ਨੇ ਦੱਸਿਆ ਹੈ ਕਿ ਰੂਪਨਗਰ ਪੁਲਿਸ ਨੇ ਇਸ ਨੂੰ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਬੂ ਕੀਤਾ ਹੈ। ਉਧਰ ਪੁਲਿਸ ਉਕਤ ਗੈਂਗਸਟਰ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰ ਰਹੀ ਹੈ। ਇਹ CA Staff 1 CA Charge 1 ਦੀ ਜਿਹੜੀ ਪੁਲਿਸ ਪਾਰਟੀ ਹੈ, ਇਹ ਪਟਵਾਰਖਾਨਾ ਚੌਂਕ ਨਾਕਾ ਲਾਇਆ ਹੋਇਆ ਸੀਗਾ। ਇਸ ਤੋਂ ਡਿਊਰਿੰਗ ਇਸ ਤੋਂ ਪਹਿਲਾਂ ਮੁਖਬਰੀ ਹੋਈ ਸੀ, AC ਦਿਨੇਸ਼ ਕੁਮਾਰ ਕੋਲ ਮੁਖਬਰੀ ਹੋਈ ਸੀ ਪੱਠਾ ਚੌਂਕ ਦੇ ਕੋਲ। ਵੀ ਬੰਦੇ ਕੁਛ ਜਿਹੜੇ ਸ਼ਰਾਰਤੀ ਬੰਦੇ ਨੇ ਉਹ ਕਿਸੇ ਬਲੇਰੋ ਗੱਡੀ ਵਿੱਚ ਜਿਹਨਾਂ ਵੱਲ ਅਸਲਾ ਹੈਗਾ ਅਤੇ ਉਹ ਘੁੰਮ ਰਹੇ ਨੇ, ਅਤੇ ਉਹਨਾਂ ਕੋਲ ਨਸ਼ੀਲਾ ਪਦਾਰਥ ਵੀ ਹੋ ਸਕਦਾ ਅਤੇ ਉਹ ਕਾਬੂ ਕੀਤੇ ਜਾ ਸਕਦੇ। ਮੁਖਬਰੀ ਹੋਈ ਸੀ ਉਹਦੇ ਬਿਹਾਰ 'ਤੇ ਨਾਕੇ ਲਗਾਏ ਹੋਏ ਸੀ ਅਤੇ ਪਟਵਾਰਖਾਨੇ ਚੌਂਕ ਦੇ ਕੋਲ ਜਿਹੜੇ ਨਾਕਾ ਲਾਇਆ ਸੀ ਨਾਕੇ 'ਤੇ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਹੈ ਪੁਲਿਸ ਪਾਰਟੀ ਨੇ ਰੋਕੀ ਚੈੱਕੇ 'ਤੇ। ਉਹਦੇ 'ਚੋਂ ਗੱਡੀ ਦੇ ਡੈਸ਼ਬੋਰਡ ਵਿੱਚੋਂ ਇੱਕ 32 ਬੋਰ ਪਿਸਟਲ ਅਤੇ 6 ਜਿੰਦਾ ਕਾਰਤੂਸ, ਇੱਕ 315 ਬੋਰ ਦਾ ਕੱਟਾ ਸੀਗਾ ਉਹ ਡੈਸ਼ਬੋਰਡ 'ਚੋਂ ਉਹ ਮਿਲਿਆ ਹੈਗਾ। ਇੱਕ ਜਿਹੜਾ 32 ਬੋਰ ਪਿਸਟਲ ਆਇਆ ਉਹਦੀ ਜੇਬ ਵਿੱਚੋਂ ਬਰਾਮਦ ਹੋਇਆ ਅਤੇ ਨਸ਼ੀਲਾ ਜਿਹੜਾ ਪਾਊਡਰ ਆ ਉਹ ਜਿਹੜਾ ਉਹਦੇ ਡੈਸ਼ਬੋਰਡ 'ਚ ਮਿਲਿਆ, ਮੋਮੀ ਕਾਂਗ ਦੀ ਜਿਪ 'ਚ ਲੱਗੀ ਹੋਈ ਸੀ ਉਹਦੇ ਵਿੱਚੋਂ ਬਰਾਮਦ ਹੋਇਆ। ਅਤੇ ਜਾਂਚ ਦੌਰਾਨ ਕੋਈ ਆਇਆ ਵੀ ਇਹ ਹਥਿਆਰਾਂ ਦਾ ਯੂਜ਼ ਵੀ ਕੀਤਾ ਨਾ, ਕਿਤੇ ਕ੍ਰਾਈਮ ਵੀ ਕੀਤਾ ਨਾ ਨਾਲ? ਇਹ ਬੰਦਾ ਆਲਰੇਡੀ ਇਹਦੇ ਖਿਲਾਫ਼ ਮੁਕਰਮੇ ਦਰਜ ਨੇ, 3-4 ਮੁਕਰਮੇ ਖੰਨੇ ਪੁਲਿਸ ਨਾਲ ਸੰਬੰਧਿਤ ਜਿਹੜੇ ਮੁਕਰਮੇ ਦਰਜ ਨੇ ਲੜੇ ਝਗੜੇ ਦੇ, ਹੋਰ ਵੀ ਇਹਤੋਂ ਤਫਤੀਸ਼ ਕੀਤੀ ਜਾ ਰਹੀ ਹੈ, ਜੇ ਕੋਈ ਹੋਰ ਰਿਕਵਰੀ ਹੁੰਦੀ ਹੈ ਇਹਦੇ ਖਿਲਾਫ਼ ਜ਼ਬਾਨੀ ਕਰ। ਜ਼ਿਕਰਯੋਗ ਹੈ ਕਿ ਉਕਤ ਗੈਂਗਸਟਰ ਖਿਲਾਫ਼ SAS ਨਗਰ ਅਤੇ ਲੁਧਿਆਣਾ ਵਿੱਚ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ 10 ਦਰਜਨ ਦੇ ਕਰੀਬ ਮੁਕੱਦਮੇ ਦਰਜ ਨੇ ਅਤੇ ਕਈ ਕੇਸਾਂ ਵਿੱਚ ਇਹ ਅਦਾਲਤ ਤੋਂ ਭਗੌੜਾ ਵੀ ਚੱਲ ਰਿਹਾ ਹੈ। ਉਕਤ ਦੋਸ਼ੀ ਜਦੋਂ ਲੜਾਈ ਝਗੜੇ ਦੇ ਮੁਕੱਦਮਿਆਂ ਵਿੱਚ ਰੂਪਨਗਰ ਜੇਲ੍ਹ ਵਿੱਚ ਸੀ ਤਾਂ ਇਸਨੇ ਸ਼ਿਵ ਸੈਨਾ ਪ੍ਰਧਾਨ ਨਿਸ਼ਾਂਤ ਸ਼ਰਮਾ 'ਤੇ ਵੀ ਜਾਨਲੇਵਾ ਹਮਲਾ ਕੀਤਾ ਸੀ। ਰੂਪਨਗਰ ਤੋਂ ਸੁਰਜੀਤ ਗਾਂਧੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।